ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਜ਼ ਜਦੋਂ ਵੀ ਆਈਦਾ। ਅਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ, ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ, ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ। ਅਤੇ ਮੈਂ ਪੱਕਾ ਹੁਣ ਪਲੈਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਅਤੇ ਉਦੋਂ ਮੈਂ ਬਹੁਤ ਅਰਲੀ ਮੋਰਨਿੰਗ ਇੱਥੇ ਆਉਣਾ ਚਾਹੁੰਦੀ ਹਾਂ ਅਤੇ ਬੈਠਣਾ ਚਾਹੁੰਦੀ ਹਾਂ ਇੱਥੇ ਆ ਕੇ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰ ਕੇ ਜੋ ਇੱਥੇ ਆਉਣਾ ਅਤੇ ਜਿਉਂਦੇ ਜੀ, ਅੱਜ ਤਾਂ ਚੰਗਾ ਤਾਂ ਘਰ ਹੀ ਹੈ, ਇਹੀ ਘਰ ਹੈ ਅਸਲੀ। ਜਿਹੜਾ ਤੁਸੀਂ ਸਵਾਲ ਪੁੱਛਿਆ, ਇਹੀ ਬਾਪੂ ਨੇ, ਇਹੀ ਵੱਡ ਵਡੇਰੇ ਨੇ, ਇਹੀ ਸ਼ਹੀਦ ਸਿੰਘ ਨੇ, ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ। ਅਤੇ ਮੈਂ ਤਾਂ ਇਸ ਦਰ ਦਾ ਭਾਈ ਕੁੱਕਰ ਹਾਂ, ਕੁੱਤਾ, ਅਤੇ ਇੰਨੀ ਕੁ ਜੋਗਾ ਬਸ ਰੱਬ ਮੈਨੂੰ ਬਣਾ ਦੇਵੇ, ਜੇ ਮਰਾਂ ਤਾਂ ਤੇਰੇ ਚਰਨਾਂ ਚਾਹੁੰਦੇ, ਬਸ ਇੰਨੀ ਕਿਰਪਾ। ਸਾਰੇ ਦੇਸ਼ ਨੇ ਬੜਾ ਸਾਥ ਦਿੱਤਾ ਜੀ, ਤੁਸੀਂ ਮੁਆਜ਼ਬ ਪ੍ਰੈਸ ਵਾਲੇ ਨੇ ਬੜਾ ਸਾਥ ਦਿੱਤਾ, ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ, ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ, ਕਿਸੇ ਯੂਪੀ ਦਾ ਸਵਾਲ ਨਹੀਂ, ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ। ਕਿਸਾਨ ਖੇਤੀ ਕਰਦਾ ਹੈ, ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ 'ਤੇ ਅਨਾਜ ਉੱਗਦੇ ਨਹੀਂ, ਅਤੇ ਜੇ ਭੁੱਖੇ ਮਰਨਾ ਤਾਂ ਤੁਸੀਂ ਕਿਸਾਨਾਂ ਨੂੰ ਲਵਾਉਂਦ ਦਿਓ, ਅਤੇ ਜੇ ਜਿਉਣਾ ਸਾਹ ਲੈਣੇ ਹੈ, ਗੁਰੂ ਨੂੰ ਜਾ ਕੇ ਦਰਸ਼ਨ ਦੇਣੇ, ਉਹਦੀ ਕਚਹਿਰੀ 'ਚ ਖੜ੍ਹੇ ਹੋਣਾ, ਤਾਂ ਫਿਰ ਕਿਸਾਨਾਂ ਦੇ ਸਾਥ ਮੈਂ ਪਹਿਲਾਂ ਵੀ ਖੜ੍ਹਾ ਸੀ, ਅੱਜ ਵੀ ਖੜ੍ਹਾ, ਅਤੇ ਸ਼ਹੀਦ ਵੀ ਹੋ ਜਾਵਾਂ, ਮਰ ਵੀ ਜਾਵਾਂ, ਤਾਂ ਵੀ ਕਿਸਾਨਾਂ ਦੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ। ਇਕੱਲੇ ਪੰਜਾਬ ਦੀ ਗੱਲ ਨਹੀਂ, ਸਾਰੇ ਹਿੰਦੁਸਤਾਨ ਦੀ ਗੱਲ ਹੈ। ਮੈਂ ਬੜੀ ਵਾਰੀ ਇਹ ਗੱਲ ਕਹੀ ਹੈ, ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ, ਕਿਸੇ ਨੇ ਰਜਿਸਟਰੀ ਨਹੀਂ ਕਰਾਈ, ਕਰਾਈ ਹੈ ਹੈਗੀ ਨਾ। ਹਿੰਦੁਸਤਾਨ ਐਡਾ ਵੱਡਾ ਵਿਸ਼ਾਲ ਦੇਸ਼, ਸਾਰੇ ਆਪਾਂ ਇਕੱਠੇ, ਸਾਰੇ ਧਰਮ ਵਾਲੇ, ਸਾਰੇ ਵਰਗ ਵਾਲੇ ਬੰਦੇ ਆਪਾਂ ਇਕੱਠੇ ਰਹਿੰਦੇ ਹਾਂ। ਇੱਕ ਨੂਰ 'ਤੇ ਸਮਝ ਗੁਪਜਿਆ ਕੌਣ ਭਲੇ ਕੋ ਮੰਦੇ। ਇੱਕ ਰਾਜਾ ਗੱਦੀ 'ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਕਿ ਪੁੰਜੇ ਬਹਿ ਕੇ ਆਖੇ, ਭਾਈ ਤੂੰ ਰੋਟੀ ਖਾਧੀ ਹੈ ਤਾਂ ਮੇਰੇ ਢਿੱਡ 'ਚ ਪਾ ਦੇਣੀ, ਤਾਂ ਮੈਂ ਨਹੀਂ ਰੋਟੀ ਖਾਣੀ। ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ, ਬਾਕੀ ਤਾਂ ਰੱਬ ਜਾਣਦਾ। ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ, ਬੜਾ ਚੰਗਾ ਲੱਗਿਆ, ਬੜਾ ਠੋਕ ਕੇ ਉਹਨਾਂ ਨੇ ਗੱਲ ਕਹੀ ਕਿ ਮੈਂ ਇਹੋ ਜਿਹੀਆਂ ਕੁਰਸੀਆਂ ਨੂੰ ਲੱਤ ਮਾਰਦਾ, ਭਾਵਾਂ ਫੁਲਾਨਾ ਧੰਕਾ, ਜੇ ਮੈਂ ਪੰਜਾਬ ਦੇ ਲੋਕਾਂ ਨਾਲ ਖੜ੍ਹਾਂ, ਪੰਜਾਬ ਵਾਸੀਆਂ ਨਾਲ ਖੜ੍ਹਾਂ, ਬੜਾ ਚੰਗਾ ਲੱਗਿਆ। ਕੈਰੋ ਸਾਹਿਬ ਤੋਂ ਬਾਅਦ, ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮੈਨੂੰ ਕੋਈ ਪਹਿਲਾ ਐਸਾ CM ਨੇ ਸਟੇਟਮੈਂਟ ਦਿੱਤੀ ਹੈ, ਬਾਕੀ ਖੁਦਾ ਜਾਣਦਾ, ਗੁਰੂ ਘਰ ਜਾਣਦਾ। ਅਤੇ ਲੇਕਿਨ ਚੰਗਾ ਲੱਗਿਆ, ਔਰ ਮੈਂ ਸਮਝਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜ੍ਹਨਾ ਚਾਹੀਦਾ, ਕਿ ਉਹ ਆਪਣਾ ਤਾਂ ਤੁਹਾਡਾ ਸਵਾਲ ਨਹੀਂ, ਇਹ ਸਾਰੇ ਦੇਸ਼ ਦਾ ਸਵਾਲ ਹੈ। ਜਿਵੇਂ ਕਿ ਹਰਿਆਣਾ ਦੇ ਵਿੱਚ ਬਾਰਡਰ ਬਣਾਤਾ, ਕੀ ਲੱਗਦਾ ਨਹੀਂ ਕਿ ਭਰਾ ਮਾਰੋ ਜੰਗ ਦੇ ਲਈ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਤੇ ਹਰਿਆਣਾ? ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੈਂ ਬੜੀ ਵਾਰੀ ਕਿਹਾ ਹੈ ਕਿ ਤਪੋ ਰਾਜ ਰਾਜੋ ਨਰਕ ਨਹੀਂ ਹੋਣਾ ਚਾਹੀਦਾ, ਤਪੋ ਰਾਜ ਰਾਜੋ ਫਕੀਰੀ ਹੋਣੀ ਚਾਹੀਦੀ ਹੈ, ਅਤੇ ਆਪਾਂ ਆਪਣੇ ਘਰਾਂ 'ਚ ਬਾਰਡਰ ਬਣਾਵਾਂਗੇ, ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਹੈ। ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਔਰ ਜੋ ਵੀ ਆ ਮੰਗਾਂ ਸਾਡੀਆਂ ਸਰਕਾਰ ਵਾਸਤੇ, ਸਰਕਾਰ ਲਈ, ਔਰ ਸਾਡੀਆਂ ਸਾਰੀਆਂ ਪੂਰੀਆਂ ਹੋਣ, ਅਤੇ ਜਲਦੀ ਤੋਂ ਜਲਦੀ ਸੰਘਰਸ਼ ਖਤਮ ਹੋਵੇ, ਔਰ ਸਾਰੇ ਸੁਖੀ ਸਾਂਦੀ ਆਪੋ ਆਪਣੇ ਘਰਾਂ ਨੂੰ ਜਾਣ।